नमस्कार, प्राइम न्यूज 24 में आपका स्वागत है। मैं हूं अग्रिमा जादौन। खबर गुरदासपुर से आ रही है। किसान जथेबंदियों ने अपना संघर्ष रेलवे ट्रैक से उठाकर अब रेलवे प्लेटफॉर्म पर शुरू कर दिया गया है। तस्वीर गुरदासपुर रेलवे स्टेशन की है। यहां किसान जथेबंदियों की तरफ से मालगाड़ियों के लिए रेलवे ट्रैक से धरना उठाकर रेलवे प्लेटफॉर्म पर लगा दिया है। इस मौके किसानों का कहना है कि पंजाब में पंजाब सरकार के अनुसार कोयले का भंडार खत्म हो रहा था और आने वाले दिनों में पंजाब में बिजली संकट आ सकता है, जिसकी वजह से हमने अपना धरना रेलवे ट्रैक से उठाकर प्लेटफॉर्म पर शुरू कर दिया गया है ताकि माल गाड़ियां चल सकें, लेकिन यात्री ट्रेन बंद रखी जाएंगी। और 27 तारीख को किसान जथेबंदियों की अगली मीटिंग होगी, उस मुताबिक आगे की रणनीति तैयार की जाएगी। फिलहाल 5 नवंबर को भारत बंद का ऐलान किया गया है। इसके अनुसार चक्का जाम भी किया जाएगा और जब तक ऑर्डिनेंस वापस नहीं लिए जाते तब तक ये प्रदर्शन जारी रहेंगे। भाजपा के नेताओं की तरफ से जो बयानबाजी की जा रही है उसकी हम निंदा करते हैं और चारों चाहे कामरेड हो या फिर कोई और, सब किसान के भाजपा ऐसी बयानबाजी करके पंजाब का माहौल खराब करना चाहती है। भाजपा देश के टुकड़े करना चाहती है और ऐसे मुद्दे उठाकर किसानों की एकता को दबाकर किसानी संघर्ष को खत्म करना चाहती है। इसीलिए धर्म की राजनीति कर लोगों को आपस में लड़वाना चाहती है, जो हम हरगिज नहीं होने देंगे। प्राइम न्यूज 24 के लिए गुरदासपुर से जतिंदर कुंडल की रिपोर्ट। ਮੇਰਾ ਨਾਮ ਮੱਖਣ ਸਿੰਘ ਕੁਹਾੜ ਹੈ ਜੀ। ਮੱਖਣ ਜੀ, ਪਹਿਲੇ ਟਰੈਕਾਂ ਦੇ ਉੱਤੇ ਬੈਠੇ ਸੀਗੇ, ਹੁਣ ਸਟੇਸ਼ਨ ਦੇ ਉੱਤੇ ਆ ਕੇ ਧਰਨਾ ਲਗਾ ਤਾ, ਕੀ ਇੰਨਾ ਬਦਲਾਅ ਕਿਉਂ ਹੋਇਆ ਜੀ? ਸਾਡੀਆਂ ਜਥੇਬੰਦੀਆਂ ਨੇ ਫੈਸਲਾ ਕੀਤਾ ਵੀ ਟਰੈਕ ਹੁਣ ਖਾਲੀ ਕਰ ਦੇਣੇ ਆ ਤੇ ਮਾਲ ਗੱਡੀਆਂ ਲੰਘਣ ਦੇਣੀਆਂ ਨੇ, ਜਿਹੜੀਆਂ ਪੈਸੰਜਰ ਗੱਡੀਆਂ ਉਹ ਨਹੀਂ ਲੰਘਣ ਦੇਣੀਆਂ ਅਸਾਂ। ਇਸ ਕਰਕੇ ਅਸੀਂ ਉੱਥੋਂ ਉੱਠ ਕੇ ਤੇ ਇੱਥੇ ਪਲੇਟਫਾਰਮ ਦੇ ਉੱਤੇ ਆ ਗਏ। ਸਾਡੇ ਹੁਣ ਦਿਨ ਰਾਤ ਦੇ ਧਰਨੇ ਇੱਥੇ ਚੱਲਣਗੇ ਲਗਾਤਾਰ 4 ਤਰੀਕ ਤੱਕ। ਕਾਨੂੰਨ ਬਣਾਏ ਆ, ਇਹ ਤੇ ਅਜੇ ਗਵਰਨਰ ਦੀ ਮੋਹਰ ਲੱਗਣੀ ਆ, ਰਾਸ਼ਟਰਪਤੀ ਦੀ ਮੋਹਰ ਲੱਗਣੀ ਆ, ਇਹ ਸਿਰੇ ਚੜ੍ਹਨੇ ਕਿ ਨਹੀਂ ਚੜ੍ਹਨੇ, ਇਹ ਚ ਕਈ ਕਮੀਆਂ ਨੇ, ਜਿੱਦਾਂ ਕਪਾਹ ਦੀ ਨਰਮੇ ਦੀ ਖਰੀਦ ਨੀ ਗੀ, ਜਵਾਰ ਦੀ ਖਰੀਦ ਨੀ, ਬਾਜਰੇ ਦੀ ਖਰੀਦ ਨੀ, ਹੋਰ ਚੀਜ਼ਾਂ ਦੀ, ਮੂੰਗੀ ਦੀ, ਦਾਲਾਂ ਦੀ ਖਰੀਦ ਨੀ ਗੀ, ਇਹਦੇ ਵਿੱਚ ਕੀਤੀ ਗਈ ਗਰੰਟੀ, ਇਹ ਅਸੀਂ ਕਹਿੰਦੇ ਵੀ ਉਹ ਵੀ ਵਿੱਚ ਸ਼ਾਮਿਲ ਕੀਤੇ ਜਾਣ। ਪਰ ਅੰਸ਼ਕ ਜਿੱਤਵਾ ਸਾਡੀ ਇਹ ਹਰ ਹਾਲਤ ਵਿੱਚ ਚੰਗਾ ਪੱਖ ਕੀਤਾ, ਕੁਛ ਨਾ ਕੁਛ ਕੀਤਾ ਉਹਨਾਂ ਸਾਡੇ ਪੱਖ 'ਚ। ਹੁਣ ਗਾਂਹ ਗਵਰਨਰ ਸਾਈਨ ਕਰਦਾ ਕਿ ਨਹੀਂ ਕਰਦਾ, ਲੜਾਂਗੇ ਗਵਰਨਰ ਦੇ ਖਿਲਾਫ, ਦਿੱਲੀ ਜਾਵਾਂਗੇ 26-27 ਤਰੀਕ ਨੂੰ। ਦਿੱਲੀ ਬਹੁਤ ਵੱਡਾ ਆਲ ਇੰਡੀਆ ਦਾ ਘਰਾਓ ਆ ਦਿੱਲੀ ਦਾ, ਉਹ ਕਰਾਂਗੇ ਤਾਂ ਕਿ ਰਾਸ਼ਟਰਪਤੀ ਜਾਏ ਕਰੇ, ਬਾਕੀ ਸਟੇਟਾਂ ਵਿੱਚ ਵੀ ਇੱਦਾਂ ਦੇ ਕਾਨੂੰਨ ਬਣਨ। ਇਹ ਰਾਸ਼ਟਰ ਸਾਡੇ ਜਿਹੜੇ ਸੰਵਿਧਾਨਕ ਹੱਕ ਵਾ, ਜਿਹੜਾ ਰਾਜਾਂ ਦਾ ਅਧਿਕਾਰ ਵਾ, ਉੱਥੇ ਛਾਪਾ ਵਾ ਬੜਾ ਵੱਡਾ। ਖੇਤੀ ਰਾਜਾਂ ਦਾ ਅਧਿਕਾਰ ਸੀ, ਸਿੱਖਿਆ ਰਾਜਾਂ ਦਾ ਅਧਿਕਾਰ ਸੀ, ਇਹਦੀ ਇਹਦੇ ਕੋਲ ਖੋਹ ਲਿਆ ਕੇ ਇੱਦਾਂ ਸਰਕਾਰ ਨੇ। ਇੱਥੇ ਮੁੱਖ ਮੁੱਦਾ ਚਾਹੀਦਾ ਵਾ ਰਾਜ ਸਰਕਾਰਾਂ ਨੂੰ ਲੈਣਾ, ਵੀ ਇਹ ਸਾਡਾ ਅਧਿਕਾਰ ਵਾ, ਇਹਦੇ ਵਿੱਚ ਦਖਲਦਾਜ਼ੀ ਕਿਸੇ ਨੂੰ ਨਹੀਂ ਕਰਨੀ ਚਾਹੀਦੀ। ਸਾਰੀਆਂ ਪਾਰਟੀਆਂ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਉਹ ਕਹਿ ਰਹੇ ਨੇ ਆਪਾਂ ਕਿਸਾਨਾਂ ਦੇ ਨਾਲ, ਲੇਕਿਨ ਹਜੇ ਤੱਕ ਤੁਹਾਡੇ ਜਿਹੜੇ ਧਰਨਿਆਂ ਦੇ ਵਿੱਚ ਜਿਹੜੀਆਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਨੇ ਉਹ ਨਹੀਂ ਦੇਖੇ ਗਏ? ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ 25 ਤਰੀਕ ਨੂੰ ਜਦੋਂ ਪੰਜਾਬ ਬੰਦ ਸੀ ਆਏ ਸੀ, ਪਰ ਅਸੀਂ ਕਿਹਾ ਸੀ ਕਿ ਅਸੀਂ ਬੋਲਣ ਲਈ ਟਾਈਮ ਨਹੀਂ ਦੇਣਾ, ਸਾਡਾ ਫੈਸਲਾ ਕੱਤੀਆਂ ਜਥੇਬੰਦੀਆਂ ਦਾ, ਇਹ ਪਿੱਛੇ ਵਿੱਚ ਬਹਿਣ, ਜਿਹੜਾ ਕਿਸਾਨ ਦੇ ਤੌਰ ਤੇ ਆਉਂਦਾ ਵਿੱਚ ਬਵੇ ਵਿੱਚ, ਸਾਰਾ ਜੋ ਮਰਜ਼ੀ ਕਵੇ, ਅਸੀਂ ਬੋਲਣ ਨਹੀਂ ਦੇਣਾ ਸਟੇਜ ਦੇ ਉੱਤੋਂ। ਇੰਨੀ ਕੁ ਰਿਕੁਐਸਟ ਵਾ ਸਾਡੀ, ਬਾਕੀ ਉਹ ਉਹਨਾਂ ਦਾ ਕਿਸਾਨਾਂ ਦਾ ਹਿੱਤ ਦੂਜੇ ਨੰਬਰ ਤੇ ਆ ਰਾਜਨੀਤਿਕ ਪਾਰਟੀਆਂ ਦਾ, ਪਹਿਲਾਂ ਉਹਨਾਂ ਦਾ ਆਪਣਾ ਹਿੱਤ ਵਾ, ਪਹਿਲਾਂ ਵੋਟ ਰਾਜਨੀਤੀ ਆ ਉਹਨਾਂ ਦੀ। ਤੇ ਜਿਹੜੇ ਬਾਹਰਲੇ ਸੂਬਿਆਂ ਤੋਂ ਇੱਥੇ ਫਸਲ ਲੈ ਕੇ ਆ ਰਹੇ ਨੇ ਟਰੱਕ, ਉਹਨਾਂ ਨੂੰ ਰੋਕਿਆ ਜਾ ਰਿਹਾ, ਉਹ ਬਹੁਤ ਧੱਕਾ ਪੰਜਾਬ ਨਾਲ। ਫਿਰ ਇਹ ਕਹਿਣਗੇ ਵੀ ਅਸੀਂ ਪੰਜਾਬ ਦੀ ਫਸਲ ਹੋਰ ਨਹੀਂ ਖਰੀਦ ਸਕਦੇ, ਝੋਨਾ ਹੋਰ ਨਹੀਂ ਖਰੀਦ ਸਕਦੇ, ਕਣਕ ਨਹੀਂ ਖਰੀਦ ਸਕਦੇ, ਸਾਡੇ ਕੋਲ ਬਹੁਤ ਹੋ ਗਈ ਪਹਿਲਾਂ ਹੀ ਨਹੀਂ ਖਰੀਦ ਰਹੇ, ਮੁੜ ਕੇ ਉੱਧਰੋਂ ਆਣ ਕੇ ਖਰੀਦੀ ਜਾਣਗੇ ਤਾਂ ਸਾਡਾ ਪੰਜਾਬ ਤੇ ਉੱਜੜ ਜਾਊਗਾ। ਇਸ ਲਈ ਅਸੀਂ ਬਿਲਕੁਲ ਨਹੀਂ ਸਹਿਮਤ ਕਿ ਉੱਥੇ ਇੱਥੇ ਆਵੇ, ਪੰਜਾਬ ਸਰਕਾਰ ਨੂੰ ਡੱਕਣਾ ਚਾਹੀਦਾ ਵਾ। ਇਹ ਹੁਣ ਬਦਲਾਅ ਹੋਰ ਵੀ ਹੋਏਗਾ ਅਗਲੀ ਰਣਨੀਤੀ ਦੇ ਵਿੱਚ? ਜਾਂ ਬਦਲਾਅ ਲਾਜ਼ਮੀ ਹੋਊਗਾ, ਸਮੇਂ ਸਮੇਂ ਜੋ ਫੈਸਲੇ ਹੋਣਗੇ। ਚੰਗੀ ਗੱਲ ਵਾ ਕਿ ਕੰਨ ਤੇ ਲਿਖਿਆ ਪੜ੍ਹੇ ਮੋਦੀ ਸਰਕਾਰ ਦੇ ਜਿਹੜੇ ਆ ਕਾਲੇ ਕਾਨੂੰਨ ਵਾਪਸ ਲਵੇ ਹਰ ਹਾਲਤ, ਨਾਲ ਲਿਖਤੀ ਰੂਪ 'ਚ ਗਰੰਟੀ ਕਰੇ ਵੀ MSP ਲਾਗੂ ਰਹੂਗੀ ਤੇ ਸਰਕਾਰ ਇਹਨੂੰ ਖਰੀਦਣ ਲਈ ਪਾਬੰਦ ਰਹੂਗੀ, ਇਹ ਗਰੰਟੀ ਕਰੇ ਸਰ। ਟਰੈਕ ਤੋਂ ਤੁਸੀਂ ਹੁਣ ਸਟੇਸ਼ਨਾਂ ਦੇ ਉੱਤੇ ਆ ਗਏ ਹੋ, ਧਰਨਾ ਆਪਣਾ ਇੱਥੇ ਲਗਾ ਰਹੇ ਹੋ, ਇਹਦੇ ਪਿੱਛੇ ਕੀ ਕਾਰਨ? ਇਹ ਕੱਲ ਸਾਡੇ 30 ਜਥੇਬੰਦੀਆਂ ਦੀ ਜਿਹੜੀ ਮੀਟਿੰਗ ਹੋਈ ਹੈ ਚੰਡੀਗੜ੍ਹ, ਉਹਨਾਂ ਨੇ ਫੈਸਲਾ ਲਿਆ ਕਿ ਟਰੈਕ ਛੱਡ ਦਿੱਤਾ ਜਾਏ ਤੇ ਪਲੇਟਫਾਰਮ ਤੇ ਬੈਠਾ ਜਾਏ। ਉਹਦਾ ਕਾਰਨ ਆ ਕਿ ਜਿਹੜੇ ਕੋਈ ਖਾਦ ਦੀ ਦਿੱਕਤ ਸੀ ਥੋੜ੍ਹੀ ਤੇ ਥੋੜ੍ਹੀ ਕੋਲੇ ਦੀ, ਉਹਦੇ ਸੰਬੰਧ ਵਿੱਚ ਟਰੈਕ ਛੱਡਿਆ ਗਿਆ ਮਾਲ ਗੱਡੀ ਵਾਸਤੇ, ਸਿਰਫ
पैसेंजर वास्ते नहीं छड्या गया। ये भी 4 तरीक तक आ, 4 तरीक नूं फिर मीटिंग करके ते जो भी अगला फैसला फिर करते। बड़ा देखने च आ रहा है कि जिहड़ियां राजनीतिक पार्टियां ने हजे तक तां कह रहियां ने कि आपां किसान हित ऐसी नहीं, लेकिन किसानां दे नाल तां ना उतरनियां च बैठ रही है। कोशिश तो ये करते ने कि किसी ना किसी तरह साढ़े जिहड़ा ये अंदोलन चल रहा इहनूं तार पिटो किया जाए, पर इन्हां दियां जिहड़ियां भी चालां इह चलदे उत्तों बहुत साढ़े आगू सियाणे ने सोच समझ के इसे करके ही ये फैसला लिया गया कि ट्रैक छड के प्लेटफार्म ते बहण दा कि जथेबंदियां दी इकजुटता जिहड़ी आ ना उह नहीं गी टुटण देनी। एक घुसपैठ ते बहुत कर रहे आ साढ़े विच, बड़ी कर रहे, पर ऐसा इस वार जो जथेबंदियां दा इकट्ठ होया असीं ते इह कहिंदे कि जो अकाल पुरख ने सच्चे पिता वाहिगुरु ने कृपा की आ कि एकजुटता बनी रहे, इनू टुटन नहीं देना, उत्थे सब विचारां कर करके तां इह फैसला लिया गया। देखण च आ रहा है कि जिहड़े बाहरले सूबे ने उन्हां तों अपने फसल जिहड़ी है ट्रकां दे विच इत्थे आ रही है और किसान उन्हां नूं लगातार ट्रकां नूं रोक रहे। वेखो उह ते असीं आउण नहीं देंगे, वह जथेबंदियां लगियां जिथे भी इनफॉर्मेशन मिलती है उत्थे ही ब्लॉक कर देने। इधर मलोट साइड 250 ट्रक एक थां वड्डे ट्राले रोके हुए आ, लखां बोरी उत्थे रोकी हुई जिहड़ा कि व्यापारी खरीद के लिया रहा, जिहड़ा व्यापारी किसानां दा शोषण कर रहा। उत्थे पहलां शोषण किया 1000 नूं 900 नूं खरीद के इत्थे लिया रहे ने, इत्थे वालियां दा भी शोषण होना जदों इन्हां दा गुजारा हो गया सरकार दा भी असीं जिन्ना माल खरीदना खरीद लिया, ये होर नहीं चाहीदा। ये इहो काम जो उन्हां स्टेटां च हो रहा भी वह इधर नूं दौड़ रहे, इहो सरकार साडे नाल करनी चाहुंदी आ कि इत्थे भी MSP टुट जाए, मंडीकरण टुट जाए ते ये भी सस्ता माल देण, ये काम होण नहीं देण। अगली रणनीति की? अगली रणनीति 1 ते 27 तरीक नूं मीटिंग, उहदे विच जो भी फैसला अगला आउंदा उहदे ते पूरा पहरा दित्ता जाऊ। 1-5 तरीक नूं टोटल 10 बजे तो लैके 4 बजे शाम तक चक्का जाम किया जाऊगा पूरे इंडिया च, ते बाहर दियां जथेबंदियां तालमेल उन्हां नाल चल रहा वह भी रल के एक बार अगे डेट दे चुके हैं 26-27 दिल्ली वाली, हुण फिर विचार करके लाम का बंद करने वास्ते 27 वाली मीट चल रही। धन्यवाद।